हाँ जी दोस्तों, करता पापा पहला ब्लॉग अपना अपलोड, ते करो जाके चैनल ते विजिट, ते देखो ते दसो फिर जरूर कमेंटा दे विच किद्दां लग्गिया, ते लाइक ते सब्सक्राइब जरूर करियो। थैंक यू सो मच जी। दोस्तों किद्दां अपना करिया मन, हुण मोमोस खाण नूं रात नूं 12 बज गए ने, ते आपां चलिया मोमोस खाण। ते ਇਹ ਮੋਮਸ ਲਵਰ ਲਈ ਆ, ਮੈਂ ਇੰਸਟਾ 'ਤੇ ਦੇਖਣ ਲੱਗਿਆ ਸੀ ਵੀਡੀਓ 'ਤੇ, ਉੱਥੇ ਮੋਮਸ ਆ ਗਏ ਅਤੇ ਮੇਰਾ ਮਨ ਕਰਿਆ ਵੀ ਖਾਇਆ ਹੀ ਆਪਾਂ, ਜਦਕਿ ਰੋਟੀ ਰੋਟੀ ਸਾਰਾ ਕੁਛ ਖਾਇਆ ਹੋਇਆ ਸੀ ਮੈਂ, ਪਰ ਫਿਰ ਵੀ ਅਤੇ ਮੈਂ ਕਿਹਾ ਮੋਮਸ ਖਾਇਆ ਹੀ। ਪਹਿਲਾਂ ਮੈਂ ਕਾਲ ਕਰੀ, ਉਹ ਕਹਿੰਦੇ ਵੀ ਹੈਗੇ ਅਸੀਂ 12 ਵਜੇ ਤੱਕ, ਵੀ ਤੁਸੀਂ ਆ ਜਾਓ, ਅਤੇ ਹੁਣ ਚੱਲੇ ਹਾਂ ਆਪਾਂ ਮੋਮਸ ਖਾਣ, ਅਤੇ ਬਾਕੀ ਫਿਰ ਆਪਾਂ ਇਹ ਮੋਮਸ ਲਵਰ ਲਈ ਵੀਡੀਓ ਆ ਗਈ। ਪਲਾਤੀ ਗੇਟ ਤੇ ਆਪਾਂ ਮਿਲਦੇ ਹਾਂ ਉੱਥੇ ਜਾ ਕੇ, ਆਪਾਂ ਰਸਤੇ ਤੁਹਾਨੂੰ ਦੱਸਦੇ ਹਾਂ ਵਧੀਆ ਵਧੀਆ ਗੱਲਾਂ। ਆਰਡਰ ਦਿੱਤਾ ਹੋਇਆ ਸੀ ਮੋਮੋਸ ਦਾ ਪਾਲ, ਪਾਲ ਕਰੰਚੀ ਮੋਮੋਸ। ਯੈਸ, ਆ ਗਏ ਆਪਾਂ ਪੰਜਾਬੀ ਚਾਪ 'ਚ, ਆਰਡਰ ਦਿੱਤਾ ਹੋਇਆ ਆਪਣਾ, ਕਾਹੇ ਚੱਲਦੇ ਨੇ ਪੰਜਾਬੀ। 12 ਵਜੇ ਲਗਭਗ ਕਲੋਜ਼ ਹੋਈ ਜਾਂਦਾ ਇਹ। ਕਰੋ ਮਿੱਤਰੋ ਦਿਲ ਭਰ ਕਿਸੇ ਦਾ ਦੁਖਾਇਓ ਨਾ, ਵੈਜ ਖਾਣ ਵਾਲੇ ਬੰਦੇ ਲਈ ਤਾਂ ਵਧੀਆ ਗੀ ਇਹ ਪਲੇਸ। ਵਧੀਆ ਲੱਗਿਆ, ਟੇਸਟੀ ਸੀ, ਸਪਾਈਸੀ ਸੀ। ਇਹਨਾਂ ਦੀ 12 ਵਜੇ ਤੱਕ ਓਪਨਿੰਗ ਰਹਿੰਦੀ ਆ, ਰਾਤ ਨੂੰ ਓਪਨ ਰਹਿੰਦਾ ਗਾ, ਅਤੇ ਔਡਰ ਕਰ ਸਕਦੇ ਤੁਸੀਂ 11:30 ਪੌਣੇ 12 ਵਜੇ ਤੱਕ, ਅਤੇ ਉਸ ਤੋਂ ਬਾਅਦ ਤਾਂ ਫਿਰ ਇਹ ਡਾਇਨਿੰਗ ਤਾਂ ਨਹੀਂ ਦਿੰਦੇ, ਬਟ ਤੁਸੀਂ ਤੇ ਪਿੱਕ ਕਰ ਸਕਦੇ ਹੋ ਫਿਰ 12 ਵਜੇ ਤੱਕ, ਉਸ ਤੋਂ ਬਾਅਦ ਕਲੋਜ਼ ਆ। ਹਾਂ, ਅਤੇ ਹੁਣ ਚੱਲੇ ਆਪਾਂ ਘਰੇ, ਹੈਗਾ ਅਤੇ ਸਾਹਮਣੇ ਆ ਗਿਆ ਏਅਰਪੋਰਟ ਪਿਛਲੇ ਪਾਸੇ, ਉਹ ਕੈਲਗਰੀ ਦਾ।
ਹੈ ਸਿਟੀਸਕੇਪ ਜਿੱਥੇ ਆਪਾਂ ਰਹਿੰਦੇ ਆ ਤੇ ਨਾਲ ਹੀ ਆ ਗਏ ਇੱਥੇ ਦਾ ਸਾਰਾ ਕੁਝ ਲਗਭਗ ਡਾਲਰਾਮਾ 7-11 ਕਾਰ ਵਾਸ਼ ਚਿਕਨ ਸਾਂਝਾ ਪੰਜਾਬ ਲਾਹੌਰੀ ਬਾਰਬੀਕਿਊ ਰੈਸਟੋਰੈਂਟ ਹੋਰ ਵੀ ਕਾਫੀ ਕੁਝ ਖੁੱਲੇ ਡੋਮੀਨੋ ਸਾਬੇ ਸਭ ਕੁਝ ਹੀ ਹੈ ਇੱਥੇ ਆਪਾਂ ਕਰਕੇ ਮਾਰਿਆ ਸ਼ਾਰਟ ਕੱਟ ਤੇ ਇਹਨਾਂ ਦਾ ਆ ਗਿਆ ਸਾਂਝਾ ਪੰਜਾਬ ਡਾਲਰਾਮਾ ਆ ਗਿਆ ਤੇ ਵੀ ਹੈਗੀ ਹੈ ਅੱਗੇ ਲਗਭਗ ਮੈਨੂੰ ਲੱਗਦਾ 1-2 ਵਜੇ ਤੱਕ ਖੁੱਲ੍ਹੀ ਰਹਿੰਦੀ ਆ ਆਪਾਂ ਗਏ ਨਹੀਂ ਪਰ ਵੀ 1-2 ਵਜੇ ਤੱਕ ਖੁੱਲ੍ਹੀ ਰਹਿੰਦੀ ਆ ਸ਼ਾਇਦ ਹਜੇ ਵੀ ਓਪਨ ਆ ਅੱਗੇ ਉਹ ਤੁਹਾਡਾ ਗ੍ਰੋਸਰੀ ਸਟੋਰ ਆ ਗਿਆ ਪੰਜਾਬੀਆਂ ਆਪਣਾ ਸਾਰਾ ਕੁਛ ਮਿਲਦਾ ਇੱਥੇ ਗ੍ਰੋਸਰੀ ਸਟੋਰ ਡੋਮੀਨੋਜ਼ ਆ ਗਿਆ ਸਟਾਰਬਕਸ ਆ ਗਿਆ We'll be right back.
ਹੋ ਗਿਆ।